ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਸੁਣਾਓ ਕੀ ਹਾਲ ਚਾਲ ਹੈ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਵਿੱਚ ਆਏ ਹਾਂ ਆਪਣੇ ਕੰਮ 'ਤੇ, ਸਤਾਲੇ ਦਾ ਕਰਦਾ ਮੈਂ ਕੰਮ, ਗਾਈਆਂ 'ਚੋਂ ਦਾ, ਔਰ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਕੁੱਟ ਕਟਾਪਾ ਚੱਲਦਾ ਉਰੇ, ਕਿੱਦਾਂ ਕਿੱਦਾਂ ਕੰਮ ਹੁੰਦੇ ਇਟਲੀ। ਇਹ ਦੇਖਣ ਨੂੰ ਇੱਦਾਂ ਵੀ ਲੱਗਦਾ ਵੀ ਆਏ ਹੋਏ ਘੁੰਮਣ ਗਏ ਟੋਰਾਂ ਆ, ਪਤਾ ਤਾਂ ਇੱਥੇ ਵਾਲਿਆਂ ਨੂੰ ਵੀ ਕਿਸ ਭਾਅ ਵਿਕਦੀ ਹੈ, ਨਾ ਸਾਡਾ ਸੁਣਨ ਨੂੰ ਮਿਲਦਾ ਨਾ ਨਹਾਉਣ ਨੂੰ ਮਿਲਦਾ। ਚਲੋ ਦਿਖਾਉਂਦੇ ਹਾਂ ਤੁਹਾਨੂੰ। ਸੰਗੀ ਨਾ ਜਾਣ ਕਦੇ ਜਵਾਨੀ ਇੱਧਰ ਇੱਧਰ ਨਾ ਚੱਲ ਜਾਣਾ ਖੁੱਲਿਆ। ਬੜਾ ਮਿਹਨਤ ਵਾਲਾ ਕੰਮ ਆ ਇਹ। ਮਿਹਨਤ ਵਾਲਾ ਵੀ ਕਹਿ ਲਓ, ਭਾਵੇਂ ਥੋੜਾ ਲਿਬੜਨ ਵਾਲਾ ਵੀ ਕਹਿ ਲਓ। ਆਹ ਬੈਠੀ ਲੱਤ ਤੇ ਲੱਤ ਰੱਖ ਕੇ ਇਹਦਾ ਮਨ ਨਹੀਂ ਮੰਨ ਗਈ ਮੰਨ ਗਈ ਕਹਿਣਾ। ਕੈਮਰੇ 'ਚ ਕਿੱਦਾਂ ਦੇਖਣ ਦੀ ਦੇਖੋ। ਦੋਵਾਂ ਪਾਸੇ ਮਸ਼ੀਨਾਂ ਆ, ਆਲੇ ਦੁਆਲੇ ਮਸ਼ੀਨਾਂ ਲੱਗੀਆਂ। 8 ਮਸ਼ੀਨਾਂ ਇੱਧਰ ਲੱਗੀਆਂ ਇੱਕ ਸਾਈਡ ਤੇ, 8 ਮਸ਼ੀਨਾਂ ਇੱਧਰਲੇ ਪਾਸੇ ਲੱਗੀਆਂ। ਇਸ ਟਾਈਮ ਸਾਰੇ ਖੋਲਦੇ ਆ, ਜਦੋਂ ਸਾਰਾ ਕੁਝ ਫਿਨਿਸ਼ ਹੋ ਗਿਆ ਸਾਰੇ ਇੱਦਾਂ ਬੰਦ ਕਰਨੇ ਆ, ਜਿੱਦਾਂ ਇੱਧਰ ਬੰਦ ਆ ਸਾਰੇ। ਆ ਨੀ ਜਿੱਦਾਂ ਪੁਰਾਣੇ ਸਮੇਂ ਕਹਿੰਦਾ ਜੱਗ ਤੇ ਚੱਲੇ ਆ ਤੇ ਮਾਲਾਂ ਨੂੰ ਫਰੋ ਕਵਾ, ਇਹ ਵੀ ਸੇਫਟੀ ਕਵਰ ਆ ਇੱਥੇ ਦੇ। ਜਿੱਦਾਂ ਚਲੋ ਜਦੋਂ ਕਹਿੰਦਾ ਸਾਰਾ ਇੱਥੇ ਚਿੱਕੜੋ ਚਿੱਕੜੇ ਰਹਿੰਦਾ ਕੰਮ। ਉੱਥੇ ਮੁੰਡੇ ਮਾਰੋਕਿੰਗ ਸੀ ਮਰੋਕ ਦੇ, ਤੇ ਉਹ ਇੱਦਾਂ ਗੱਲਾਂ ਚੱਲ ਪਈਆਂ, ਕਹਿੰਦੇ ਇੰਡੀਅਨ ਨੂੰ ਉਹਨਾਂ ਨੂੰ ਪਤਾ ਵੀ ਇੰਗਲਿਸ਼ ਬਹੁਤ ਆਉਂਦੀ ਆ। ਜਦੋਂ ਏਦਾਂ ਗੱਲਾਂ ਬਾਤਾਂ ਹੁੰਦੀਆਂ ਨਾ, ਫੇਰ ਜਿਆਦਾ ਚੇਤਾ ਬੰਦਾ ਕਰਦਾ ਕਿ ਹਾਂ ਵੀ ਹਰ ਇੱਕ ਚੀਜ਼ ਦਾ ਪਤਾ ਹੋਵੇ। ਮੈਂ ਕਿਹਾ ਮੈਨੂੰ ਸਾਡਾ ਦਿਮਾਗ ਇਹ ਤਾਂ ਪਤਾ ਨੀ, ਆਰਮ ਕਹਿੰਦੇ ਆ ਨਾ,
इधर हुण मशीन स्टार्ट करन लगे आ काम च स्टार्ट करन तो पहला जो जो चीजां करन वालियां हुंदियां ओह हो रहियां हुंदे आ सीधा पाइपां दे थ्रू इहदे विच आउंदा दिने बाहर भी रह सकदी अंदर भी रह सकदी सारी ऐन क्लीन करता इत्थे उन्होंने सवाई तो पहला तू अगे बने रहो हुण एक पासे सारियां गावां लग चुकियां लगभग हुण इधर अठ गावां खड़ गईयां एक गावां होर आऊगी इस तों अगे हट हट इदां सारियां जिन्ना मर्जी धड़ाला कर दे हूँ गावां दा पहला दुध चैक कर रहे हैं ता जो खराब दुध जावे ना बगे मारदियां मूरदियां तो नहीं हुण ਉਹ ਜਿਹੜੀ ਇੱਕ ਸੀਗੀ ਪਹਿਲਾਂ ਗਾਂ ਮਰ ਮਰ ਗਈ ਹਾਂ ਮੀਟ ਮੂਟ ਸੇ ਜਾਂਦੀ ਮਰ ਗਈ ਮਾਰੀ ਗਈ ਫਿਰ ਤਾਂ ਵੀ ਹਾਂ ਹੁਣ ਥਣ ਸਾਫ ਕਰਨ ਨੂੰ ਦਵਾਈ ਲੱਗ ਰਹੀ ਆ ਠੀਕ ਹੈ ਝੱਗ ਗਈ ਆ ਵੈਸੇ ਤਾਂ ਆਪਣੇ ਦੇਸੀ ਬੰਦੇ ਨੂੰ ਤਾਂ ਝੱਗ ਗਿਆ ਇਹ ਦੋਸਤੋ ਇਹ ਸਫਾਈ ਕਰਨ ਹੁੰਦੀ ਆ ਇਸ ਤੋਂ ਬਾਅਦ ਝੱਗ ਮਾਰ ਕੇ ਬਾਅਦ ਚੋਂ ਟਿਸ਼ੂ ਮਾਰਨੇ ਆ ਟਿਸ਼ੂ ਕਹਿੰਦੇ ਕਾਰਤਾ ਕਾਰਤਾ ਕਹਿ ਲਓ ਟਿਸ਼ੂ ਕਹਿ ਲਓ ਇਹਦਾ ਪੇਪਰ ਹੀ ਆ ਆ ਦੇ ਹੈ
ਨਹੀਂ ਕਈ ਬੰਦੇ ਹੁਣ ਆਪਾਂ ਨੂੰ ਦੇਖਣਗੇ ਹੋਰਾਂ ਕੰਟਰੀਆਂ 'ਚ ਵੀ ਉਹਨਾਂ ਨੂੰ ਪਤਾ ਨਹੀਂ ਹੁਣ ਕਾਰ ਦਾ ਕੀ ਹੁੰਦਾ ਕਾਰ ਦਾ ਪੇਪਰ ਕਹਿ ਲਓ ਪੇਪਰ ਕਹਿ ਲਓ ਟਿਸ਼ੂ ਕਹਿ ਲਓ ਜੋ ਵੀ ਆ ਇਹ ਪੇਪਰ ਹੀ ਇੱਥੇ ਕਾਰ ਦਾ ਕਹਿੰਦੇ ਇਟਲੀ 'ਚ ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਸਾਰਾ ਹੋ ਗਿਆ ਡੇਢ ਮਿੰਟ ਹੋ ਗਿਆ ਜਿੱਦਾਂ ਸਾਰੀਆਂ ਗਾਵਾਂ ਦੇ ਮੀਟਰ ਲੱਗੇ ਉੱਤੇ ਸਾਰੀਆਂ ਗਾਵਾਂ ਸਮੂਨ ਵਾਲੀਆਂ ਲਗਭਗ ਸਾਰੇ ਮੀਟਰ ਲੱਗੇ ਆ ਇੱਥੇ ਗਾਂ ਦਾ ਨੰਬਰ ਤੇ ਰੀਡਿੰਗ ਹੁੰਦੀ ਆ ਕਿ ਹਾਂ ਵੀ ਕਿੰਨਾ ਲੀਟਰ ਦੁੱਧ ਦੇ ਰਹੀ ਆ ਸਾਰੇ ਕਿਵੇਂ ਦਿਮਾਗ ਸਾਰੀਆਂ ਗਾਵਾਂ ਤੇ ਰੱਖਣਾ ਪੈਂਦਾ ਇਹ ਤਾਂ ਇੱਧਰ ਤਾਕਾ ਖੁੱਲ ਗਿਆ ਸੀਗਾ ਹੁਣ ਆਪਾਂ ਕਾਹਲੀ ਕਰਨ ਡੇ ਆ ਦੁੱਧ ਘੱਟ ਜਾਣਾ ਉਹਨਾਂ ਸਹੀ ਆ ਜਦੋਂ ਗਾਂ ਚੋਪ ਹੋ ਜਾਂਦੀ ਆ ਆਟੋਮੈਟਿਕ ਹੀ ਖੁੱਲ ਕੇ ਅਤੇ ਆਪਣੇ ਦਿਖਾ ਜਾਂਦੇ ਤਾਕੇ ਆ ਜਿਹੜੀਆਂ ਮਸ਼ੀਨਾਂ ਬਾਅਦ ਚੋਂ ਆ ਥਣਾਂ ਨੂੰ ਰੋਕਣ ਲਈ ਲਿਕੁਇਡ ਜਿਹਾ ਲੱਗਦਾ ਇਹਨੂੰ ਥਣਾਂ ਨੂੰ ਦੁੱਧ ਰੋਕਣ ਤਾਂ ਜੋ ਦੁੱਧ ਰੁਕ ਜਾਵੇ ਨਾ ਕਿਉਂਕਿ ਇਹ ਗਾਵਾਂ ਬਾਲਟੀਆਂ ਬਹੁਤ ਜ਼ਿਆਦਾ ਦੁੱਧ ਦਿੰਦੀਆਂ ਕਈ ਵਾਰੀ 40-40 ਲੀਟਰ ਤੱਕ ਵੀ ਦੇ ਦਿੰਦੀਆਂ ਲਓ ਜੀ ਆਹ ਹੁਣ ਆਖਰੀ ਗਰੁੱਪ ਦੀਆਂ ਗਾਵਾਂ ਰਹਿ ਗਈਆਂ ਇੱਕ ਸਾਈਡ ਚੱਲਣ ਲੱਗ ਗਈ ਸਫਾਈ ਪੈਪ ਲਾ ਲਿਆ ਹੁਣ ਆਹ ਸਾਰੇ ਧੋ ਕੇ ਸਾਰੀ ਫਰਸ਼ ਧੋ ਕੇ ਫੇਰ ਜਾਣਾ ਇੱਧਰੋਂ ਵੀ ਅਤੇ ਇੱਧਰੋਂ ਵੀ ਅਤੇ ਥੱਲੇ ਵੀ ਸਾਰਾ ਕਲੀਨ ਕਰਕੇ ਜਾਣਾ ਜਿੱਦਾਂ ਆ ਕੇ ਖੁੱਲ੍ਹੇ ਸੀ ਉਹਦੇ ਹੁਣ ਬੰਦ ਕਰ ਰਹੇ ਧੋ ਕੇ ਜਾਬ ਹੀ ਆ ਵੀ ਜਾਬ ਹੀ ਸਪੀਡ ਚੈੱਕ ਕਰੋ ਪਹਿਲਾਂ ਮੈਂ ਕਿਹਾ ਸਪੀਡ ਚੈੱਕ ਕਰੋ ਹੁਣ ਘਰ ਜਾਣ ਦੀ ਕਾਹਲੀ ਸਹੀ ਗੱਲ ਸਫਾਈਆਂ ਚੱਲ ਰਹੀਆਂ ਹੁਣ ਬਿੱਲੀਆਂ ਨੇ ਦੁੱਧ ਪਾਤਾ
ਮੈਂ ਤੁਹਾਡਾ ਦਾਦਾ ਨਹੀਂ ਜੀ ਜਲਦੀ ਨਿਕਲ ਗਿਆ ਮੈਂ ਸਟਾਰਮ ਹੋ ਰਿਹਾ ਬੰਦਾ ਕਹਿੰਦਾ ਪਰੇ ਹੋਵੋ ਤੇ ਦੁੱਧ ਪੀਏ ਚੱਲ ਪੀਲਾ ਪੀਲਾ ਭਰਾਵਾ ਚੱਲੇ ਅੰਦਰ ਅਸੀਂ ਹਾਂਜੀ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਬਲੌਗ ਅੱਜ ਦਾ ਬਾਕੀ ਮਿਲਦੇ ਹਾਂ ਨਵੀਂ ਵੀਡੀਓ 'ਚ ਅਗਲੀ 'ਚ ਤੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਆਪਣੇ ਦੱਸਿਓ ਕਮੈਂਟਾਂ 'ਚ ਹੈ ਨਾ ਕਿੱਦਾਂ ਲੱਗਾ ਤੁਹਾਨੂੰ ਬਲੌਗ ਅਸੀਂ ਤਾਂ ਆਪਣੇ ਵੱਲੋਂ ਸਾਰਾ ਕੁਝ ਦਿਖਾਇਆ ਅੱਜ ਕਿੱਦਾਂ ਕੰਮ ਚੱਲਦੇ ਆ ਕਿੱਦਾਂ ਕਿੱਦਾਂ ਵੀ ਤੱਤ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ।